ਸਪਰੇਆਂ ਕੀਤੀਆਂ ਜੀ, ਕੋਈ ਵੀ ਨਹੀਂ, ਬਿਲਕੁਲ ਵੀ ਨਹੀਂ ਮਰਿਆ। ਹੁਣ ਵਢਾ ਕੇ ਸਿੱਟਣਾ ਪੈਣਾ ਸਾਰਾ ਹੀ। ਇਸ ਕਰਕੇ ਸਾਨੂੰ ਲੇਬਰ ਲੱਗੀ ਆ, ਕੁਛ ਨਹੀਂ ਹੈਗਾ ਜੀ। ਕਿੰਨੇ ਕੁ ਕਿੰਨੇ ਏਕੜ ਆ ਜੀ ਇਹ? 4 ਏਕੜ ਆ ਜੀ, 4 ਏਕੜ। ਇਹਦੇ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਏਅਰਪੋਰਟ? ਏਅਰਪੋਰਟ ਨੁਕਸਾਨ ਤਾਂ ਜੀ ਦੇਖ ਲਓ, ਵਾਹਵਾ ਹੋ ਗਿਆ। 1 ਏਕੜ ਚੋਂ ਕਿੰਨੇ ਦੀ ਕਣਕ ਨਿਕਲਦੀ ਆ? 1 ਏਕੜ ਚੋਂ ਨਿਕਲਦੇ ਜੀ 35,000 ਰੁਪਈਆ ਕਿੱਲਾ ਨਿਕਲਦਾ ਜੀ। ਠੀਕ ਹੈ ਜੀ। ਹਾਂਜੀ, ਇਹ ਦਵਾਈ ਤੁਸੀਂ ਕਿੱਥੋਂ ਲਈ ਸੀ, ਕਿਹੜੀ ਏਜੰਸੀ ਤੋਂ, ਕਿਹੜੀ ਕੰਪਨੀ ਤੋਂ? ਇਹ ਬੇਅਰ ਕੰਪਨੀ ਦੇ ਆ, ਕੁਛ ਵਿੱਚ ਰਲਾਮ ਲੈ ਕੇ ਦਵਾਈਆਂ ਉੱਥੋਂ ਖਰੀਦੀ ਸੀ ਮੁੱਲਾਂਪੁਰ ਤੋਂ। ਅਤੇ ਉਹਦੇ ਲਈ ਕੋਈ ਇੱਜ਼ਤ ਉਹਦਾ ਦੇਖਿਆ ਜਾਵੇ, ਸਾਡਾ ਕੁਛ ਨਾ ਕੁਛ ਕੀਤਾ ਜਾਵੇ ਹੱਲ ਜੀ। ਅਤੇ ਉਹਨਾਂ ਨੂੰ ਦੱਸਿਆ ਨੀਗਾ ਕੰਪਨੀ ਨੂੰ ਫੋਨ ਫਾਨ ਲਾਇਆ? ਕੰਪਨੀ ਨਾਲ ਤਾਲਮੇਲ ਬਣਾਇਆ ਤੁਸੀਂ? ਕੰਪਨੀ ਦਾ ਤਾਲਮੇਲ ਉੱਪਰ ਸੀਗੇ, ਤਾਲਮੇਲ ਬਣਾਇਆ ਜੀ। ਉੱਪਰ ਜਿਹੜੇ ਨੰਬਰ ਲਿਖੇ ਹੁੰਦੇ ਅਸੀਂ ਲਾਉਂਦੇ ਹਾਂ, ਉਹ ਸਾਰੇ ਬੀਜੀ ਆਉਂਦੇ ਆ। ਉਹਦੇ ਕਰਕੇ ਕੋਈ ਫਿਰ ਜਾਣਕਾਰੀ ਹੈ ਨਹੀਂ। ਦਵਾਈਆਂ ਦੇ ਡੱਬੇ ਥੱਲੇ ਪਏ ਆ ਜੀ।